ਗੱਲ ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਤਿਕਾ ਵੱਲੋਂ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਆਦਮੀ ਖਬਰਾਂ। ਪਾਕਿਸਤਾਨੀ ਫੌਜ ਨੇ ਆਪਣੀ ਵੈਬਸਾਈਟ ਤੇ ਭਾਰਤ ਨੂੰ ਪਾਬੰਦੀਸ਼ੁਦਾ ਕਰ ਦਿੱਤਾ। ਅਜਿਹਾ ਉਸਨੇ ਜੰਮੂ ਕਸ਼ਮੀਰ ਵਿੱਚ ਵੱਧ ਰਹੀ ਹਲਚਲ ਕਾਰਨ ਕੀਤਾ। ਫਿਲਹਾਲ ਕੋਈ ਵੀ ਭਾਰਤੀ ਹਲੇ ਪਾਕਿਸਤਾਨੀ ਫੌਜ ਦੀ ਵੈਬਸਾਈਟ ਤੇ ਕੁਝ ਨਹੀਂ ਦੇਖ ਸਕੇਗਾ। ਵੈਬਸਾਈਟ ਖੋਲਦਿਆਂ ਹੀ ਐਰਰ ਨਜ਼ਰ ਆ ਰਿਹਾ, ਜਿਸ ਤੇ ਲਿਖਿਆ ਕਿ ਵੈਬਸਾਈਟਾਂ ਦੇ ਮਾਲਕ ਨੇ ਸੰਬੰਧਿਤ ਦੇਸ਼ ਅਤੇ ਖੇਤਰਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ। ਆਸਟ੍ਰੇਲੀਅਨ ਸ਼ਹਿਰ ਮੈਲਬੌਰਨ ਦੇ ਵਿੱਚ ਮੈਟਰੋ ਰੇਲ ਯਾਤਰੀਆਂ ਨੂੰ 2 ਦਿਨ ਮੁਫਤ ਸਫ਼ਰ ਕਰਨ ਦੀ ਛੋਟ ਮਿਲ ਸਕਦੀ ਹੈ। ਰੇਲ ਅਧਿਕਾਰੀਆਂ ਵੱਲੋਂ ਕੁਝ ਮੰਗਾਂ ਨੂੰ ਲੈ ਕੇ ਹੜਤਾਲ ਹੋਣਾ ਜਾਰੀ ਹੈ। 12 ਅਗਸਤ ਅਤੇ 19 ਅਗਸਤ ਨੂੰ ਸਟਾਫ ਵੱਲੋਂ ਟਿਕਟਾਂ ਚੈੱਕ ਨਾ ਕਰਨ ਦਾ ਫੈਸਲਾ ਲਿਆ ਗਿਆ। ਸਟਾਫ ਵੱਲੋਂ ਤਨਖਾਹ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਨੂੰ ਲੈ ਕੇ ਵੋਟਿੰਗ ਵੀ ਹੋਈ। ਕਿਹਾ ਜਾ ਰਿਹਾ ਕਿ 12 ਅਗਸਤ ਤੋਂ 1 ਹਫ਼ਤੇ ਤੱਕ ਟ੍ਰੇਨਾਂ ਦੇ ਡਰਾਈਵਰ ਸਟੇਸ਼ਨਾਂ 'ਤੇ ਗੱਡੀਆਂ ਨਹੀਂ ਰੋਕਣਗੇ ਅਤੇ RBTU ਅਤੇ RTBU ਵਿਕਟੋਰੀਅਨ ਬ੍ਰਾਂਚ ਸੈਕਟਰੀ ਲੂਬਾ ਗ੍ਰੀਗੋਰੋ ਵਿੱਚ ਨੇ ਵੀ ਇਸ 'ਤੇ ਬਿਆਨ ਦਿੱਤਾ। ਟ੍ਰੇਨ ਸਟਾਫ ਵੱਲੋਂ ਵਰਦੀਆਂ ਨਾ ਪਾਉਣ ਦਾ ਵੀ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਕਰਮਚਾਰੀਆਂ ਵੱਲੋਂ ਹੜਤਾਲ ਕਰਨ ਦੀ ਗੱਲ ਆਖੀ ਗਈ ਸੀ। ਇਟਲੀ ਆਈਆਂ ਪੰਜਾਬਣਾਂ ਨੇ ਇੱਥੇ ਪੰਜਾਬੀ ਸੱਭਿਆਚਾਰ ਨੂੰ ਸਥਾਪਿਤ ਕਰਨ ਲਈ ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਦਾ ਮੇਲਾ ਤੀਆਂ ਤੀਜ ਦੀਆਂ ਤਾਂ ਪੂਰੇ ਜ਼ੋਰੋ ਖਰੋਸ਼ ਨਾਲ ਇਟਲੀ ਦੇ ਜ਼ਿਲ੍ਹਾ ਵਿਸੈਂਚਾ ਦੇ ਕਸਬਾ ਮੋਂਤੇਕਿਓ ਵਿਖੇ ਬਹੁਤ ਹੀ ਉਤਸ਼ਾਹਪੂਰਵਕ ਕਰਵਾਇਆ। ਮੇਲੇ ਵਿੱਚ ਗਿੱਧਾ, ਭੰਗੜਾ ਅਤੇ ਬੋਲੀਆਂ ਨਾਲ ਪੰਜਾਬਣਾਂ ਨੇ ਖੂਬ ਰੰਗ ਬੰਨਿਆ। ਇਸ ਮੇਲੇ ਵਿੱਚ ਫੁਲਕਾਰੀ, ਚਰਖੇ, ਪੱਖੀਆਂ ਅਤੇ ਰੰਗ ਬਿਰੰਗੇ ਪੰਜਾਬੀ ਸੂਟ ਮੇਲੇ ਦੀ ਸ਼ਾਨ ਨੂੰ ਚਾਰ ਚੰਨ ਲਗਾ ਰਹੇ ਸਨ। ਤੀਆਂ ਦੇ ਇਸ ਮੇਲੇ ਵਿੱਚ ਇਲਾਕੇ ਦੀਆਂ ਔਰਤਾਂ, ਲੜਕੀਆਂ ਅਤੇ ਬਜ਼ੁਰਗ ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਲੰਡਨ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਐਤਵਾਰ ਨੂੰ ਟੇਟ ਮਾਡਰਨ ਗੈਲਰੀ 10ਵੀਂ ਮੰਜ਼ਿਲ ਤੋਂ 6 ਸਾਲ ਦੇ ਬੱਚੇ ਨੂੰ ਹੇਠਾਂ ਸੁੱਟ ਦਿੱਤਾ ਗਿਆ। ਬੱਚਾ 5ਵੀਂ ਮੰਜ਼ਿਲ ਤੇ ਜ਼ਖਮੀ ਹਾਲਤ ਵਿੱਚ ਮਿਲਿਆ। ਬੱਚੇ ਦੇ ਹੇਠਾਂ ਡਿੱਗਦੇ ਹੀ ਉੱਥੇ ਹਫੜਾ ਤਫੜੀ ਮਚ ਗਈ। ਘਟਨਾ ਮਗਰੋਂ ਤੁਰੰਤ ਗੈਲਰੀ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਬੱਚੇ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ। ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ 17 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ 6 ਸਾਲ ਦੇ ਬੱਚੇ ਨੂੰ ਇੱਕ ਦੇਖਣ ਤੇ ਪਲੈਟਫਾਰਮ ਤੋਂ ਸੁੱਟ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਸ਼ੁਰੂ ਵਿੱਚ ਦੱਖਣੀ ਬੈਂਕ ਵਿੱਚ ਬੈਕ ਸਾਈਡ ਗੈਲਰੀ ਦੇ ਅੰਦਰ ਬੰਦ ਕਰ ਦਿੱਤਾ ਗਿਆ ਸੀ। ਕੁਦਰਤੀ ਆਫਤਾਂ ਸਾਹਮਣੇ ਸ਼ੁਰੂ ਤੋਂ ਹੀ ਇਨਸਾਨ ਬੇਵੱਸ ਰਿਹਾ। ਇਹਨਾਂ ਕੁਦਰਤੀ ਆਫਤਾਂ 'ਚ ਸਭ ਤੋਂ ਮੂਹਰੇ ਭੂਚਾਲ ਹੈ, ਜਿਸ ਕਾਰਨ ਹਰੇਕ ਸਾਲ ਸੈਂਕੜੇ ਲੋਕ ਆਪਣੀਆਂ ਜਾਨਾਂ ਗਵਾ ਦਿੰਦੇ ਹਨ। ਨੈਸ਼ਨਲ ਅਰਥਕੁਏਕ ਇਨਫੋਰਮੇਸ਼ਨ ਸੈਂਟਰ ਦੇ ਰਿਕਾਰਡ ਮੁਤਾਬਕ ਹਰੇਕ ਸਾਲ ਦੁਨੀਆ ਭਰ ਦੇ ਵਿੱਚ 20,000 ਦੇ ਕਰੀਬ ਭੂਚਾਲ ਮਹਿਸੂਸ ਕੀਤੇ ਜਾਂਦੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੈਸਟ ਇੰਡੀਜ਼ ਵਿਰੁੱਧ ਭਾਰਤ ਨੂੰ ਮਿਲੀ ਸੰਘਰਸ਼ਪੂਰਨ ਜਿੱਤ ਦੇ ਹੀਰੋ ਰਹੇ। ਡੈਬਿਊ ਕਰਨ ਵਾਲੇ ਖਿਡਾਰੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਦੀ ਸ਼ਲਾਘਾ ਕਰਦਿਆਂ ਉਸ ਦੀ ਪ੍ਰਤਿਭਾ ਨੂੰ ਅਸਾਧਾਰਨ ਦੱਸਿਆ। ਭਾਰਤ ਨੇ ਵੈਸਟ ਇੰਡੀਜ਼ ਵਿਰੁੱਧ ਅਮਰੀਕਾ ਦੇ ਲਾਰਡ ਹਿੱਲ ਵਿੱਚ ਪਹਿਲੇ T20 ਮੈਚ ਵਿੱਚ 4 ਵਿਕਟਾਂ ਨਾਲ ਸੰਘਰਸ਼ਪੂਰਨ ਜਿੱਤ ਦਰਜ ਕੀਤੀ, ਜਿਸ ਵਿੱਚ ਨਵਦੀਪ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ। ਵਿੰਡੀਜ਼ ਨੂੰ ਭਾਰਤ ਨੇ ਨਿਰਧਾਰਿਤ ਓਵਰਾਂ 'ਚ 9 ਵਿਕਟਾਂ ਅਤੇ ਸਿਰਫ 95 ਦੌੜਾਂ ਹੀ ਬਣਾਉਣ ਦਿੱਤੀਆਂ ਸਨ। ਹਾਲਾਂਕਿ ਆਸਾਨ ਟੀਚੇ ਦੇ ਸਾਹਮਣੇ ਖੁਦ ਵੀ ਉਸਨੇ 98 ਦੌੜਾਂ ਤੱਕ ਆਪਣੀਆਂ 6 ਵਿਕਟਾਂ ਗੁਆਈਆਂ। ਹਾਲਾਂਕਿ ਉਹ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ। ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਇਤਿਹਾਸਕ ਫੈਸਲੇ ਨਾਲ ਪਾਕਿਸਤਾਨ ਸਦਮੇ ਵਿੱਚ ਹੈ। ਇਸ ਮੁੱਦੇ 'ਤੇ ਪਾਕਿਸਤਾਨ ਮੀਡੀਆ ਵੱਲੋਂ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਨੇ। ਭਾਵੇਂ ਕਿ ਇਸ ਮੁੱਦੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਕੋਈ ਸਰਕਾਰੀ ਬਿਆਨ ਨਹੀਂ ਆਇਆ, ਪਰ ਪਾਕਿਸਤਾਨੀ ਮੀਡੀਆ ਵਿੱਚ ਇੱਕ ਬਹਿਸ ਦੌਰਾਨ ਪਾਕਿਸਤਾਨ ਦੇ ਰਾਜਨੀਤਿਕ ਮਾਹਰ ਹਾਰਿਸ ਨਵਾਜ਼ ਨੇ ਕਿਹਾ ਕਿ ਅਸੀਂ ਭਾਰਤ 'ਤੇ ਜੰਮੂ ਤੋਂ ਧਾਰਾ 370 ਹਟਾਉਣ ਦਾ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਚੁੱਕਾਂਗੇ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੱਚਾ ਤੇਲ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ। ਨਾਈਮੈਕਸ ਕਰੂਡ 1.4% ਦੀ ਕਮਜ਼ੋਰੀ ਨਾਲ $55.0 ਦੇ ਆਸ ਪਾਸ ਨਜ਼ਰ ਆ ਰਿਹਾ। ਬ੍ਰੈਂਡ ਕਰੂਡ ਦੀ ਕਮਜ਼ੋਰੀ ਦਿਖ ਰਹੀ ਹੈ ਅਤੇ ਇਹ 1.13% ਦੀ ਕਮਜ਼ੋਰੀ ਦੇ ਨਾਲ $61 ਦੇ ਆਸ ਪਾਸ ਕਾਰੋਬਾਰ ਕਰ ਰਿਹਾ। ਸੋ ਦੋਸਤੋ, ਇਹ ਸਨ ਹੁਣ ਤੱਕ ਦੀਆਂ ਆਲਮੀ ਖਬਰਾਂ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਹਰ ਰੋਜ਼ ਗੱਲ ਪੰਜਾਬ ਦੀ ਟੀਵੀ ਵੇਖਦੇ ਹੋ। ਇੱਕ ਗੁਜ਼ਾਰਿਸ਼, ਚੈਨਲ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਰੋਜ਼ਾਨਾ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਅਤੇ ਹੁਣ ਮੈਨੂੰ ਦੇਵੋ ਇਜਾਜ਼ਤ ਅਤੇ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ।